ਲੱਗਦਾ ਸਵਾਦ ਹੁੰਦਾ ਨਹੀਂ। ਬ੍ਰੈਡ ਤੇ ਖਾ ਕੇ ਤਾਂ ਹੋਰ ਬਕਵਾਸ ਲੱਗਣਾ ਯਾਰ। ਨਹੀਂ ਕਿਆ ਮੰਗਾ ਲਿਆ, ਕਿਆ ਹਵਾ ਚੱਲ ਰਹੀ ਹੈ ਯਾਰ। ਹਵਾ ਨਾ ਇੱਥੇ ਕ੍ਰੋਸ ਹੁੰਦੀ ਆ, ਦੇਖ ਕਿੰਨੇ ਦਰਖਤ ਹਿਲਦੇ ਯਾਰ। ਹੁਣ ਗੱਤੇ ਲਾਤੇ ਆ, ਹੈ ਤਾਂ ਥੋੜ੍ਹਾ ਜਲੂਸ ਕੱਢਤਾ, ਪਰ ਕੋਈ ਨਹੀਂ। ਹਰੀ ਸਬਜ਼ੀ ਚਾਹੀਦੀ ਤੈਨੂੰ? ਹੈਂ ਦਾਲ ਪੈ ਰਹੀ ਹੋ? ਵਾਹ 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 ਵਾਹ। ਕੀ ਬਣ ਰਿਹਾ ਅੱਜ? ਕਿਹੜੀ? ਕਾਲੇ ਮਸਰਾਂ ਦੀ ਦਾਲ। ਇਹ 2:45 ਆਪਾਂ ਹੁਣੇ ਹੀ ਉੱਠੇ ਹਾਂ, ਮਤਲਬ ਮੈਂ ਤਾਂ ਪਹਿਲਾਂ ਹੀ ਉੱਠਿਆ, ਐਡੀਟਿੰਗ ਕਰ ਰਿਹਾ ਸੀਗਾ। ਮਤਲਬ ਅੱਜ 2 ਅਪ੍ਰੈਲ ਹੈ ਅਤੇ ਮੌਸਮ ਹੈਗਾ ਧੁੱਪਾਂ ਵਾਲਾ, ਜੂਨ ਵਾਲੀ ਗਰਮੀ ਲੱਗਣ ਦੀ ਅੱਜ ਤਾਂ ਪਰ ਆਇਆ ਹੈ, ਪਰ ਹਵਾ ਚੱਲੀ ਜਾਂਦੀ ਹੈ, ਪਰ ਧੁੱਪ ਦੇ ਅੱਗੇ ਹਵਾ ਦਾ ਕੋਈ ਜ਼ੋਰ ਨਹੀਂ ਹੈਗਾ ਇਸ ਕਰਕੇ। ਅਤੇ ਇੱਕ ਦਿਨ ਹੋ ਗਿਆ ਆਪਾਂ ਨੂੰ ਮੋਰ ਦੀ ਆਵਾਜ਼ ਵੀ ਨਹੀਂ ਸੁਣਨ ਨੂੰ ਮਿਲੀ। ਸਵੇਰੇ ਜਦੋਂ ਆਏ ਸੀ ਨਾ 4 ਵਜੇ ਆਪਾਂ ਪਹੁੰਚੇ ਸੀ, ਉਦੋਂ ਬੋਲ ਰਿਹਾ ਸੀਗਾ ਮੋਰ। ਉਦੋਂ ਫਿਰ ਫੋਨ ਕੈਮਰਾ ਇੱਧਰ ਉੱਧਰ ਪਿਆ ਸੀਗਾ, ਤਾਂ ਮੈਂ ਉਹ ਕੈਪਚਰ ਨਹੀਂ ਕਰ ਸਕਿਆ। ਇਹਨਾਂ ਨੂੰ ਵੀ ਪਾਣੀ ਪੂਣੀ ਪਾਈਏ ਹੁਣ, ਅਤੇ ਤਿਆਰੀ ਕਰੀਏ ਲੰਚ ਦੀ। ਲੰਚ ਕੇ ਬਾਅਦ ਹੋਏਂਗੇ ਹਮ ਰੇਡੀ ਡਿਊਟੀ ਕੇ ਲਈ। ਅੱਜ ਦੂਸਰਾ ਦਿਨ ਹੈ ਹਮਾਰਾ ਡਿਊਟੀ ਕਾ, ਤਾਂ ਪਹਿਲਾ ਦਿਨ ਕੈਸਾ ਰਹਾ ਆਪਕਾ? ਇਟ ਵਾਜ਼ ਗੁੱਡ। ਤੋ ਬੜੀਆ ਤਾਂ ਪਹੁੰਚ ਗਏ ਥੇ ਦੁਬਈ ਆਪ? ਉਹ ਹੈ ਬਣ ਹੀ ਰਿਹਾ ਯਾਰ, ਇੱਦਾਂ ਹੁਣ ਮੈਟਰੋ ਆ ਜਾਣੀ ਆ ਉੱਥੇ, ਅਤੇ ਸਿਸਟਮ ਹੋਰ ਹੀ ਹੋ ਹੀ ਜਾਣੇ ਆ। ਦਿੱਲੀ ਅਤੇ ਦੁਬਈ ਨਾਲ ਕਿਤੇ ਘੱਟ ਆ ਮੋਹਾਲੀ ਕਿ ਨਹੀਂ? ਅਸੀਂ ਤਾਂ ਉੱਠਣ ਵਾਲੇ ਹੈ ਨਹੀਂ ਸੀਗੇ, ਫਲਿੱਪਕਾਰਟ ਤੋਂ ਡਿਲੀਵਰੀ ਵਾਲੇ ਦਾ ਫੋਨ ਆਇਆ, ਕਹਿੰਦਾ ਭਾਅ ਜੀ ਤੁਹਾਡਾ ਪਾਰਸਲ ਆਇਆ। ਫਿਰ ਆਪਾਂ ਪਾਰਸਲ ਲੈਣ ਲਈ ਗਏ ਬਜਾਜ ਕੋਕੋਨਟ ਓਇਲ, ਇਹ ਮੰਗਾਇਆ ਔਨਲਾਈਨ। ਚਲੋ ਕਰੀਏ ਆਪਾਂ ਲੰਚ ਤਿਆਰ। ਤੜਕੇ ਲੱਗ ਰਿਹਾ ਹੁਣ ਆਪਾਂ ਨੂੰ ਦਾਲ ਕਿਹੜੀ ਬਣਾਈਏ? ਕਾਲੇ ਮਸਰ ਸ਼ਾਇਦ ਆਜੂਗੀ ਸਾਰੀ ਦਾਲ ਵਿੱਚ। ਚੌਲ ਕਿਹੜੇ ਬਣਾਉਣੇ? ਨਮਕੀਨ ਦਾਲ ਨਾਲ ਪਤਾ ਕਿੰਨੇ ਸਵਾਦ ਲੱਗਣੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੰਮ ਤਾਂ ਕੱਲ੍ਹ ਪਹਿਲਾ ਦਿਨ ਸੀਗਾ, ਬਹੁਤ ਵਧੀਆ ਰਿਹਾ, ਸਟਾਫ ਵੀ ਬੜਾ ਵਧੀਆ ਆ, ਮਜ਼ਾ ਆਇਆ। ਅਤੇ ਅੱਜ ਜਾਣਾ ਹੈ ਦੂਜਾ ਦਿਨ, ਐਕਸਾਈਟਡ ਬਹੁਤ ਜ਼ਿਆਦਾ ਅੱਜ ਜਾਣ ਵਾਸਤੇ ਵੀ ਐਕਸਾਈਟਡ ਆ। ਅਤੇ ਨੀਂਦ ਆਪਾਂ ਪੂਰੀ ਕਰ ਲਈ ਆਪਾਂ ਸਵੇਰੇ, ਜਿਵੇਂ ਤੁਸੀਂ ਪਿਛਲੇ ਵਲੋਗ 'ਚ ਦੇਖਿਆ ਹੋਊਗਾ, ਆਪਾਂ 4:15 4:15 ਆ ਗਏ ਸੀਗੇ। ਫਿਰ ਸੌਂ ਗਏ, ਰੋਟੀ ਪਾਣੀ ਮਾੜੀ ਮੋਟੀ ਖਾ ਕੇ ਚਾਹ ਚੁੱਪ ਕੇ ਸੌਂ ਗਏ। ਉਦੋਂ ਬਾਅਦ ਫਿਰ ਉੱਠੇ ਆਪਾਂ 12:30 ਮੈਂ ਉੱਠਿਆ, ਥੋੜ੍ਹਾ ਇੱਕ ਵਜੇ ਉੱਠੀ ਆ। ਅਤੇ ਹੁਣ ਆਪਾਂ ਫਿਰ ਆਪਣਾ ਲੰਚ ਕਰਨ ਲੱਗ ਪਏ ਹਾਂ। ਕਿਆ ਹਵਾ ਚੱਲ ਰਹੀ ਹੈ ਯਾਰ, ਇਹ ਹਵਾ ਨਾ ਇੱਥੇ ਕ੍ਰੋਸ ਹੁੰਦੀ ਆ, ਦੇਖੀ ਨੇ ਦਰਖਤ ਹਿਲਦੇ, ਇਹ ਸਿੱਧੀ ਕ੍ਰੋਸ ਹੋ ਕੇ ਇੱਧਰ ਜਾਂਦੀ ਆ, ਇੱਧਰ ਧੁੱਪ ਜ਼ਿਆਦਾ ਲੱਗਣ ਦੀ। ਧੁੱਪ ਬੜੀ ਤਿੱਖੀ ਆ, ਪਰ ਹਵਾ ਬੜੀ ਸ਼ਾਨਦਾਰ ਚੱਲ ਰਹੀ ਆ। ਇੱਥੇ ਡਾਗ ਨਾ ਕੁਛ ਮੰਜਾ ਇੱਥੇ ਖਾਵਾਂਗੇ ਰੋਟੀ ਕਿ ਨਹੀਂ? ਇੱਥੇ ਚਟਾਈ ਵਿਛਾ ਕੇ ਨਾ ਇੱਥੇ ਖਾਂਦੇ ਹਾਂ, ਥੱਲੇ ਬੈ ਕੇ ਨਾਲੇ ਹਵਾ ਚੱਲੂਗੀ। ਹਾਂ ਹਵਾ ਬਹੁਤ ਸੋਹਣੀ ਚੱਲਦੀ ਆ, ਅਤੇ ਉਹਦੇ ਕਰਕੇ ਨਾ ਗਰਮੀ ਘੱਟ ਮਹਿਸੂਸ ਹੋ ਰਹੀ ਆ। ਹੈਂ ਪੱਖਾ ਮੈਂ ਬੰਦ ਕਰਤਾ ਸੀ 2 ਘੰਟੇ ਬਾਅਦ, ਅਤੇ ਠੰਡ ਸੀਗੀ, ਠੀਕ ਸੀਗਾ ਮੌਸਮ ਨਾ, ਪੱਖੇ ਦੀ ਵੀ ਨਹੀਂ ਲੋੜ ਹਜੇ ਹੈਗੀ। ਹਾਂ ਕਿਉਂਕਿ ਇੱਥੇ ਨਾ ਪਰਸੋਂ ਗੱਤੇ ਨਹੀਂ ਸੀ ਲਾਏ, ਅਤੇ ਸੌਣ ਦੀ ਕੋਸ਼ਿਸ਼ ਕੀਤੀ ਅਤੇ ਸੁੱਤਾ ਨਹੀਂ ਗਿਆ। ਹੁਣ ਗੱਤੇ ਲਾਤੇ ਆ, ਅਤੇ ਬਾਹਰੋਂ ਚਾਨਣ ਜਿਹੜਾ ਆਉਂਦਾ ਪਿਆ ਸੀਗਾ ਉਹ ਬੰਦ ਹੋ ਗਿਆ, ਹੈ ਤਾਂ ਥੋੜ੍ਹਾ ਜਲੂਸ ਕੱਢਤਾ, ਪਰ ਕੋਈ ਨਹੀਂ, ਸੌਣ ਵਾਸਤੇ ਤਾਂ ਚੰਗਾ ਹੀ ਹੈ ਨਾ, ਨੀਂਦ ਵਧੀਆ ਆਉਣੀ ਚਾਹੀਦੀ ਹੈ, ਤਾਂ ਹੀ ਕੰਮ ਕਾਰ ਹੋਣਗੇ। ਲੋਕਾਂ ਨੇ ਕੰਬਲ ਕੁੰਬਲ ਧੋਤੇ ਆ।
ਤੜਕਾ ਤੜਕਾ ਲੱਗ ਗਿਆ ਤੜਕਾ। ਬੂਟਿਆਂ ਦਾ ਹਾਲ ਮਾੜਾ ਆ, ਧੁੱਪ ਲੱਗ ਲੱਗ ਕੇ ਨਾ ਸੁੱਕ ਗਏ ਆ, ਕੱਲ੍ਹ ਪਾਉਣਾ ਭੁੱਲ ਗਿਆ ਮੈਂ, ਇਸ ਕਰਕੇ ਹੁਣ ਆਪਾਂ ਪਾਣੀ ਪਾ ਦਿੰਦੇ ਹਾਂ। ਹਰੀ ਸਬਜ਼ੀ ਚਾਹੀਦੀ ਤੈਨੂੰ ਹੈਂ? ਸਵੇਰੇ ਜਦੋਂ ਆਪਾਂ ਸੁੱਤੇ ਨਾ 5 ਵਜੇ, ਦਾਲ ਪੈ ਰਹੀ ਹੋ। ਵਾਹ 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 ਵਾਹ, ਪੂਰੀ ਆਊਗੀ ਨੀ? ਆ ਗਈ ਨਾ, ਅੰਦਾਜ਼ਾ ਸੀਗਾ। ਜਦੋਂ ਸਵੇਰੇ ਸੁੱਤੇ ਨਾ 5 ਵਜੇ ਸੋ ਗਏ ਸੀਗੇ, ਉਦੋਂ ਬਾਅਦ 9 ਵਜੇ ਜਾ ਇੰਨੀ ਜ਼ਿਆਦਾ ਵਧੀਆ ਵਧੀਆ ਨੀਂਦ ਆਈ ਨਹੀਂ ਵੈਸੇ, ਕਿਉਂਕਿ ਰਾਤ ਨੂੰ ਜਿਹੜਾ ਬੰਦਾ ਸੋ ਰਿਹਾ ਇੱਕਦਮ ਦਿਨੇ ਸੋਣਾ ਪੈ ਜਾਵੇ ਉਹਦੇ ਨਾਲ ਦਿੱਕਤ ਆਉਂਦੀ ਥੋੜ੍ਹੀ ਜਿਹੀ, ਪਰ 9 ਵਜੇ ਨਾ ਨਾਲੇ ਫਿਰ ਆਹ ਰੋਡ ਚੱਲਦਾ ਰਹਿੰਦਾ, ਕੋਈ ਗੱਡੀ ਲੰਘ ਰਹੀ ਹੈ, ਕੋਈ ਮੋਟਰਸਾਈਕਲ, ਮੇਰੀ ਜਾਗ ਖੁੱਲੀ। ਤੇਰੀ ਖੁੱਲੀ ਸੀ? ਉਹਦਾ ਲਗਾਤਾਰ ਸੁੱਤੀ ਨਾ? ਪਾਣੀ ਰੱਖਿਆ, ਪਾਣੀ 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 ਪਾਣੀ, ਉਹ ਮੇਰਾ ਪਾਣੀ ਭਰ ਗਿਆ ਆ, ਇਹਨੇ ਆਪਾਂ ਪਾਉਂਦੇ ਹਾਂ, ਹੁਣ ਪਾ ਦਈਏ ਆਪਾਂ ਪਾਣੀ। ਵਾਹਿਗੁਰੂ ਵਾਹਿਗੁਰੂ, ਕਸਤੂਰੀ ਮੇਥੀ, ਵਾਹ। ਆਪਣਾ ਇੱਕ ਹੋਰ ਪਾਰਸਲ ਆ ਗਿਆ। ਖੋਲ ਕੇ ਦੇਖੀ ਇਹਨੂੰ ਕੀ ਹੈ। ਬੂਟਿਆਂ ਨੂੰ ਪਾਤਾ ਆਪਾਂ ਪਾਣੀ, ਵਿਚਾਰੇ ਗਰਮੀ 'ਚ ਝੁਲਸ ਗਏ ਸੀਗੇ। ਹੁਣ ਦਾਲ ਆਪਣੀ ਤੜਕਾ ਲੱਗ ਚੁੱਕਾ ਇਹਦਾ, ਹੁਣ ਚੌਲਾਂ ਦੀ ਵਾਰੀ ਹੈ। ਚੌਲ ਵੀ ਵਿੱਚ ਮਟਰ ਪਾਏ ਆ, ਵਾਹ। ਕਿਹੜੀ ਆ? ਚਿੜੀਆਂ ਨੂੰ ਪਾਈ ਹੈ। ਚਿੜੀਆਂ ਕਾ ਖਾਣਾ ਆ ਗਿਆ ਭਾਈ। ਲਓ ਜੀ, ਚਿੜੀਆਂ ਦਾ ਖਾਣਾ ਚਿੜੀਆਂ ਆ ਕੇ ਖਾਂਦੀਆਂ ਨੇ ਇੱਥੇ। ਪਾਣੀ ਵੀ ਪਾਤਾ ਆ, ਚਿੜੀਆਂ ਆਓ, ਭਾਵੇਂ ਮੋਰ ਆਓ, ਜਿਹੜਾ ਮਰਜ਼ੀ ਆਓ, ਜਿਹੜਾ ਮਰਜ਼ੀ ਖਾਓ। ਪਾਰਸਲ ਖੋਲ੍ਹਾ ਜਾ ਰਿਹਾ ਹੈ ਯਹਾਂ ਪਰ। 3-4 ਪਾਰਸਲ ਆਉਣੇ ਸੀ, ਪਤਾ ਨਹੀਂ ਕੀ ਕੀ ਆ ਰਿਹਾ, ਦੇਖ ਰਿਹਾ ਚ ਕੀ ਨਿਕਲਦਾ। ਕਿਆ ਵਾਹ 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 ਵਾਹ, ਕੀ ਚੀਜ਼ ਆ ਯਾਰ। ਗਰਮੀ ਨਾਲ ਮੈਨੂੰ ਲੱਗਦਾ ਅੰਦਰ ਉਹ ਹੋ ਰਿਹਾ ਹੈ। ਹਾਂ, ਇਹਨੂੰ ਫ੍ਰਿਜ 'ਚ ਰੱਖਣਾ ਪੈਣਾ ਲੱਗਦਾ, ਪਰ ਮੰਗਾਇਆ ਵੀ ਗਰਮੀ 'ਚ ਆਇਆ, ਗਰਮੀ 'ਚ ਇੰਨਾ ਗਰਮ ਹੁੰਦਾ ਮੈਨੂੰ ਲੱਗਦਾ ਖਾਧਾ ਨਹੀਂ ਜਾਣਾ ਜ਼ਿਆਦਾ, ਪਰ ਕਦੇ ਕਦੇ ਲੋੜ ਪੈ ਜਾਂਦੀ ਆ। ਨਾਲੇ ਬਾਹਰ ਰੱਖ ਦੇਣੇ ਇਹਨੂੰ। ਚਾਵਲ ਮਟਰ ਵਾਲੇ ਚੌਲ, ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ। ਦਹੀਂ, ਦਾਲ, ਚੌਲ, ਅਬ ਖਾਤੇ ਹੈ ਖਾਣਾ। ਤੁਹਾਨੂੰ ਲੂਣ ਵਾਲੇ ਚੌਲਾਂ 'ਤੇ ਜਿੱਦਾਂ ਦਾਲ ਪਾਈ ਆ, ਮੈਨੂੰ ਫਿੱਕੇ ਚੌਲਾਂ ਬਣਾਉਣੇ ਵਧੀਆ ਲੱਗਦੇ, ਇੱਦਾਂ ਵਧੀਆ ਲੱਗਦੀ ਹੈ, ਬਹੁਤ ਬੜੀਆ। ਲਓ ਜੀ, ਖਾਣਾ ਆਪਣਾ ਹੋ ਗਿਆ, ਰੋਟੀ ਪਾਣੀ ਆਪਣਾ ਛਕ ਲਿਆ ਹੈ, ਅਤੇ ਆਪਾਂ ਹੋ ਗਏ ਵਿਹਲੇ। ਹੁਣ ਆਪਾਂ ਹੁਣ ਤਿਆਰ ਹੋ ਕੇ ਆਪਾਂ ਜਾਣਾ ਆ ਡਿਊਟੀ 'ਤੇ, 1.5 ਘੰਟਾ ਰਹਿ ਗਿਆ ਆਪਣੇ ਡਿਊਟੀ ਦਾ, ਠੀਕ ਹੈ। ਸੋ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ, ਤਿਆਰ ਹੋਣ ਤੋਂ ਬਾਅਦ। ਲੱਗਦਾ ਸਵਾਦ ਹੁੰਦਾ ਨਹੀਂ, ਪਰ ਸਿਹਤ ਵਾਸਤੇ ਚੰਗਾ ਹੈ, ਦੇਖਾਂ ਟੇਸਟ ਕਰਕੇ। ਖਾਓ, ਹੁਣ ਮੰਗਾਇਆ ਆ, ਇੰਨਾ ਮਹਿੰਗਾ। ਧੱਕਣ ਰੱਖ ਰੱਖ ਦਈਏ ਵਾਪਸ।
ਕੌੜਾ ਆ ਗੱਗ ਬਗਾਇਆ ਯਾਰ ਇਹ ਮਿੱਠਾ ਮੁੱਠਾ ਕੁਝ ਨਹੀਂ ਵਿੱਚ ਬ੍ਰੈਡ ਤੇ ਗੱਗ ਦਾ ਹੋਰ ਬਕਵਾਸ ਲੱਗਣਾ ਯਾਰ ਇਹ ਤਾਂ ਨਹੀਂ ਕਿਆ ਮੰਗਾ ਲਿਆ ਪਰ ਵਧੀਆ ਆਣ ਸੇ ਇਹ ਬਸ ਤੈਨੂੰ ਬਾਈ ਇੱਜ਼ਤ ਦੁਬਾਰਾ ਫਰਿੱਜ 'ਚ ਰੱਖ ਦਿੱਤਾ ਹੋ ਚੁੱਕੇ ਜੀ ਆਪਾਂ ਤਿਆਰ ਅਤੇ ਸਾਨੂੰ ਗੱਡੀ ਵੀ ਆਪਣੇ ਲੈਣ ਆ ਰਹੀ ਹੈ ਅਤੇ ਜੇ ਕੁਝ ਵੀ ਚੰਗਾ ਲੱਗਿਆ ਵਲੋਗ ਤਾਂ ਕਰਦੇ ਇੱਥੇ ਹੀ ਆ ਤਾਂ ਕੁਝ ਵੀ ਚੰਗਾ ਲੱਗਿਆ ਜਾਂ ਮਾੜਾ ਲੱਗਿਆ ਕੁਝ ਵੀ ਲੱਗਿਆ ਤਾਂ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਦੱਸਿਆ ਕਰੋ ਕੀ ਮਾੜਾ ਲੱਗਿਆ ਕੀ ਚੰਗਾ ਲੱਗਿਆ ਤਾਂ ਜੋ ਇੰਪਰੂਵ ਕਰ ਸਕੀਏ ਸੋ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਰੋਟੀ ਪਾਣੀ ਪੈਕ ਹੋ ਰਹੀ ਆ ਤੁਸੀਂ ਸ਼ੂਜ਼ ਪਾਓ ਆਪਣੇ ਠੀਕ ਆ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਹੋ ਗਏ ਆ 4:10 ਤੇ ਆਪਾਂ ਹੁਣ ਪਹੁੰਚੇ ਆ ਘਰੇ ਅੰਕਲ ਦੇਖ ਲਓ 2 ਵਜੇ ਉੱਠ ਕੇ ਨਿਤਨੇਮ ਕਰਕੇ ਤਾਂ ਬਾਹਰ ਸੈਰ ਕਰ ਰਹੇ ਨੇ ਇਸ ਟਾਈਮ ਤੇ ਆਪਾਂ ਡਿਊਟੀਆਂ ਤੋਂ ਆਏ ਆ ਨਾ ਹੁਣ ਬਸ ਅੱਧੇ ਆਪਾਂ ਬੇਹੋਸ਼ ਹੀ ਆ ਤੇ ਤੁਹਾਨੂੰ ਅਗਲੇ ਵਲੋਗ ਚ ਮਿਲਾਂਗੇ ਉਦੋਂ ਤੱਕ ਵੀ ਰੱਬ ਰੱਖਾ ਤੇ ਸਤਿ ਸ਼੍ਰੀ ਅਕਾਲ